ਬਈ ਦੇਖਣਾ ਤੁਸੀਂ ਕਾਰਨ ਕਿਉਂ ਕੁੱਟੀ ਜਾਂਦੇ ਆ ਮੈਨੂੰ ਸ਼ੁਰੂ ਤੋਂ ਦੇਖੋ ਵੀਡੀਓ ਸਕਿਪ ਨਹੀਂ ਕਰਨੀ ਫੁੱਲ ਵੀਡੀਓ ਦੇਖਣੀ ਆ ਸ਼ੇਅਰ ਕਰਨੀ ਆ ਲਓ ਭਾਈ ਉਹ ਬੱਸ ਜੀ ਮੱਚੀ ਕੁੱਟੀ ਜਾਂਦੇ ਤੇ ਲੈ ਬੱਚਾ ਲਾਪਾਂ ਡੇਰਾ ਤੇ ਪਾਲਿਆ ਸੰਗਤ ਵੀ ਆ ਜਾਊਗੀ ਕੋਈ ਇੱਕ ਅੱਧਾ ਚੇਲਾ ਪਟ ਲਈਏ ਚੇਲਾ ਪਟਣਾ ਜ਼ਰੂਰੀ ਹੁੰਦਾ ਹੈ ਕਿਉਂ ਸਾਰੀ ਫਿਰ ਦੇਖਭਾਲ ਕੌਣ ਕਰੂ ਆਪਾਂ ਦੀ ਸੇਵਾ ਕੌਣ ਕਰੂਗਾ ਚੱਲ ਇਹ ਮੇਰੇ ਪ੍ਰਭੂ ਭੇਜ ਕੋਈ ਚੇਲਾ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬੱਚਾ ਬੈਠੋ ਬੱਚਾ ਬੈਠੋ ਬੈਠੋ ਬੱਚਾ ਬੈਠੋ ਹਾਂ ਬੱਚਾ ਕਿਵੇਂ ਆਉਣਾ ਹੋਇਆ ਬਾਬਾ ਜੀ ਮੈਂ ਤੁਹਾਡਾ ਚੇਲਾ ਬਣਨਾ ਜੀ ਬੱਚਾ ਇਹ ਬੱਚਿਆਂ ਦੀ ਖੇਡ ਨਹੀਂ ਚੇਲਾ ਬਣਨਾ ਬਹੁਤ ਪ੍ਰੀਖਿਆ ਕਰਨੀ ਪੈਂਦੀ ਹੈ ਬਹੁਤ ਭਗਤੀ ਕਰਨੀ ਪੈਂਦੀ ਹੈ ਬਹੁਤ ਤਪੱਸਿਆ ਕਰਨੀ ਪੈਂਦੀ ਹੈ ਬਹੁਤ ਰਾਤਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਬੱਚਾ ਮੈਂ ਬਾਬਾ ਜੀ ਸਾਰੀ ਦੁਨੀਆਂ ਤਿਆਗ ਆਇਆ ਜੀ ਹੁਣ ਇਹ ਬੱਚਾ ਸੌਖੀ ਗੱਲ ਨਹੀਂ ਤਿਆਗਣ ਦੁਨੀਆਂ ਤੂੰ ਤਿਆਗ ਹੈ ਕੀ ਕੁਛ ਤਿਆਗ ਆਇਆ ਮੈਨੂੰ ਐਂ ਦੱਸ ਬੱਚਾ ਮਾਂ ਪਿਓ ਮੋਹ ਮਾਇਆ ਸਭ ਇਹ ਤੂੰ ਬੱਚਾ ਬਹੁਤ ਵੱਡੀ ਗਲਤੀ ਕਰ ਰਿਹਾ ਜੋ ਹੁਣ ਬਾਬਾ ਜੀ ਮੈਂ ਚੇਲਾ ਬਣਨਾ ਚੇਲਾ ਬਣਨਾ ਤੂੰ ਪੱਕਾ ਚੇਲਾ ਬਣਨਾ ਹਾਂਜੀ ਬਾਬਾ ਜੀ ਮੈਨੂੰ ਤੇਰੇ ਲੱਛਣ ਜਿਹੇ ਲੱਗਦੇ ਤੂੰ ਚੇਲਾ ਬਣ ਜਾਏਗਾ ਹਾਂਜੀ ਪਰ ਪ੍ਰੀਖਿਆ ਦੇਣੀ ਪਊ ਤੈਨੂੰ ਬੱਚਾ ਜੋ ਬਾਬਾ ਕਹੋਗੇ ਮੈਂ ਉਹ ਕਰ ਦੂੰ ਪੱਕਾ ਕਰੇਗਾ ਹਾਂਜੀ ਬਾਬਾ ਜੀ ਤੈਨੂੰ ਇੱਕ ਡੇਰੇ ਦੀ ਸੇਵਾ ਕਰਨੀ ਪਿਆ ਗੁਰੂ ਬੱਚਾ ਉਹ ਡੇਰੇ ਤੋਂ ਬਾਹਰ ਗੱਲ ਨਹੀਂ ਜਾਣੀ ਚਾਹੀਦੀ ਹੈ ਬੱਚਾ ਠੀਕ ਹੈ ਜੀ ਠੀਕ ਆ ਮਨਜ਼ੂਰ ਹੈ ਹਾਂਜੀ ਤੇ ਇੱਕ ਜਿਹੜੀ ਸੰਗਤ ਆਇਆ ਗੁਰੂ ਬੱਚਾ ਹਾਂਜੀ ਉਹਦੀ ਤੈਨੂੰ ਸੇਵਾ ਕਰਨੀ ਪਿਆ ਗੁਰੂ ਚਾਹ ਪਾਣੀ ਕਰਨਾ ਪਿਆ ਗੁਰੂ ਉਹਨਾਂ ਦਾ ਦੇਖ ਮਨਜ਼ੂਰ ਹੈ ਬੱਚਾ ਹਾਂਜੀ ਮਨਜ਼ੂਰ ਹੈ ਜੀ ਹੋਰ ਠੀਕ ਆ ਫਿਰ ਫਿਰ ਤਿਆਰ ਅੱਜ ਤੋਂ ਹਾਂਜੀ ਚੱਲ ਠੀਕ ਆ ਫਿਰ ਆਪਾਂ ਲਾਉਣੇ ਆ ਚੌਂਕੀ ਇੱਧਰ ਤੇ ਡੇਰੇ ਦੀ ਕਰਦੇ ਤੂੰ ਸੇਵਾ ਤੇ ਆਪਾਂ ਦਾ ਸਾਰਾ ਬਲਡਾ ਪਲਾਟ ਆ ਤੇ ਨਿਗਾਹ ਰੱਖਣੀ ਆ ਤੂੰ ਠੀਕ ਹੈ ਤੈਨੂੰ ਅੱਜ ਤੋਂ ਖਜ਼ਾਨਚੀ ਬਣਾਤਾ ਠੀਕ ਹੈ ਬੇਈਮਾਨੀ ਨਹੀਂ ਕਰਨੀ ਬੱਚਾ ਨਹੀਂ ਨਹੀਂ ਬਾਬਾ ਜੀ ਦੇਖ ਲੈ ਕਿਉਂ ਇੱਥੇ ਲੱਖਾਂ ਕਰੋੜਾਂ ਦਾ ਕੰਮ ਹੁੰਦਾ ਬੱਚਾ ਹਾਂਜੀ ਹਾਂਜੀ ਠੀਕ ਆ ਜਿਹੜੀ ਸੰਗਤ ਆਇਆ ਕਰੂ ਜੇ 1000 ਟੇਕਿਆ ਕਰੂ ਮੱਠਾ ਤੈਨੂੰ 2000 ਰੁਪਏ ਚ ਪ੍ਰਸ਼ਾਦ ਦੇਣਾ ਜੇ 2000 ਟੇਕੂ 4000 ਰੁਪਇਆ ਦੇਣਾ ਬੱਚਾ ਠੀਕ ਹੈ ਜੀ ਮਨਜ਼ੂਰ ਆ ਧਿਆਨ ਰੱਖਣਾ ਤੇ ਸਾਰਾ ਪੈਸਾ ਲੈਣਾ ਦੇਣਾ ਪਰ ਡੇਰੇ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਠੀਕ ਹੈ ਹਾਂਜੀ ਮਨਜ਼ੂਰ ਹੈ ਹਾਂਜੀ ਫਿਰ ਕਰੀਏ ਕੰਮ ਸ਼ੁਰੂ ਹਾਂਜੀ ਚੱਲ ਫਿਰ ਬੱਚਾ ਜੈ ਬਾਬਾ ਇੱਕ ਨਾਰਾ ਲਾਉਣਾ ਪਿਆ ਕਰੂ ਕਹਿ ਕਹਿਣਾ ਕਦੋਂ ਸੰਗਤ ਆਇਆ ਕਰੂ ਕਹਿ ਕਹਿਣਾ ਬਾਬਾ ਜੋ ਕਹਿੰਦਾ ਏ ਹੋ ਜਾਂਦਾ ਏ ਬਾਬਾ ਜੋ ਕਹਿੰਦਾ ਏ ਹੋ ਜਾਂਦਾ ਏ ਬੱਚਾ ਜਦੋਂ ਸੰਗਤ ਆਇਆ ਕਰੂਗੀ ਠੀਕ ਹੈ ਨਾਰਾ ਇਹ ਲਾਜ਼ਮੀ ਲਾਉਣਾ ਹੈ ਠੀਕ ਹੈ ਜੀ ਠੀਕ ਹੈ ਤੇ ਡੇਰੇ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਦੇਖ ਲੈ ਬੱਚਾ ਠੀਕ ਹੈ ਜੀ ਚੰਗਾ ਫਿਰ ਚੱਲ ਚੱਲੀ ਫਿਰ ਆਪਾਂ ਲਾਉਣੇ ਇੱਥੇ ਡੇਰਾ ਵਧੀਆ ਸੁਣਾ ਮੈਨੂੰ ਮੈਂ ਤਾਂ ਤੈਨੂੰ ਇੱਕ ਬਾਬੇ ਦੀ ਦੱਸ ਪਾਉਣੀ ਆ ਅੱਛਾ 10 ਭੈਣੇ ਹੋਰ ਅਸੀਂ ਤਾਂ ਨਵੀਂ ਕੋਠੀ ਪਾਉਣੀ ਆ ਕਿੱਦੇ ਦਾ ਥਾਂ ਲੈ ਹੋਰ ਬਲਾਈ ਕਰਨੀ ਵਾਲਾ ਬਾਬਾ ਦੁੱਗਣੀ ਕਰਦਾਗਾ ਅੱਛਾ ਹੋਰ ਸਾਡਾ ਤਾਂ ਉਹਦੇ ਬਾਲਾ ਹੀ ਵਾਧਾ ਹੋਇਆ ਚੱਲ ਵਧੀਆ ਹੋਇਆ ਫਿਰ ਤਾਂ ਮੈਨੂੰ ਲੈ ਚੱਲ ਬਾਬੇ ਕੋਲ ਆਪਾਂ ਅੱਜ ਹੱਥ ਨੇ ਚੱਲਦੇ ਆ ਆਥਣ ਕਿਹਨੂੰ ਆਇਆ ਕਿਸੇ ਨੇ ਸੱਚ ਹੀ ਕਿਹਾ ਵੀ ਕੱਲ ਨੂੰ ਕਰ ਸੋ ਅੱਜ ਅੱਜ ਕਰ ਸੋ ਹੁਣੀ ਹੁਣੀ ਕਰ ਲੈਣੀ ਚੱਲ ਫਿਰ ਆਪਾਂ ਹੁਣੀ ਚੱਲ ਚਲਾਂਗੇ ਬਾਬਾ ਅੱਜ ਮੰਗਲਵਾਰ ਆ ਨਾਲੇ ਚੱਲ ਫਿਰ ਤਾਂ ਦਿਨ ਵੀ ਅੱਜ ਵਧੀਆ ਹੋਇਆ ਵਧੀਆ ਤੇ ਵਧੀਆ ਖੁਸ਼ਖਬਰੀ ਆ ਹੋਰ ਨਾਲੇ ਤਾਂ ਅਸੀਂ ਆਏ ਆ ਵੀ ਤੈਨੂੰ ਪਤਾ ਹੀ ਆ ਹੁਣ ਇੱਥੇ ਬੈਠੇ ਆ ਵਧੀਆ ਕੋਠੀ ਪਾ ਲਈ ਚੱਲ ਇਹ ਨਾਲ 2000 ਰੁਪਇਆ ਚੱਕ ਲਈ ਫਿਰ ਆਪਾਂ ਨੂੰ ਮੱਥਾ ਤਾਂ ਟੇਕਣਾ ਪਊਗਾ ਫਿਰ ਆਪਾਂ ਨੂੰ ਉਹ ਵੱਧ ਦਊਗਾ ਅੱਛਾ ਅੱਛਾ ਪੈਸੇ ਹਾਂ ਪ੍ਰਸ਼ਾਦ ਦੇ ਵਿੱਚ ਵੱਧ ਪੈਸੇ ਦਿੰਦਾ ਉਹ ਆ ਹੋਰ ਇਹ ਤਾਂ ਵਧੀਆ ਬਾਬਾ ਕੁੜੇ ਤਾਂ ਹੀ ਤਾਂ ਮੈਂ ਤੈਨੂੰ ਕਹਿਣੀ ਆ ਮੈਂ ਤਾਂ 2-3 ਹਜ਼ਾਰ ਲੈ ਜੂੰ ਜੇ ਬਾਬਾ ਬਾਹਰ ਪੈਸੇ ਦਿੰਦਾ ਮੈਂ ਕਿਹਾ ਤੇਰੇ ਘਰ ਵਾਲਾ ਬਾਹਰ ਗਿਆ ਤੇਰੇ ਕੋਲ ਤਾਂ ਹੋਣਗੇ ਨਾਲੇ ਨਹੀਂ ਐਂ ਤਾਂ ਚੱਲ ਹੁੰਦੇ ਹੀ ਆ ਖਰਚੇ ਜੋਗੇ ਆਇਆ ਵੀ ਆਹ ਪਲਾਟ ਤੇ ਖਰਚ ਹੋ ਗਏ ਹੁਣ ਤਾਂ ਕੋਠੀ ਪੈ ਜੇ ਇਹੀ ਆਸ ਆ ਸਾਡੀ ਬਥੇਰਾ ਪਾ ਦੂ ਬਾਬਾ ਤੇਰੀ ਉਹ ਠੀਕ ਆ ਚੱਲ ਕੋਈ ਨਾ ਚੱਲ ਫਿਰ ਮੈਂ ਲੈ ਕੇ ਆਉਂਦੀ ਪੈਸੇ ਚੱਲ ਨਾਲ ਤੂੰ ਪੈਸੇ ਚੱਕ ਲੈ ਤੇ ਮੈਂ ਇਹਨੇ ਘਰੇ ਜਾਨੀ ਆ ਜਵਾਕਾਂ ਨੂੰ ਦੱਸ ਦਿਆ ਮੈਂ ਹਾਂ ਵੀ ਅਸੀਂ ਕੰਮ ਜਾ ਰਹੇ ਹਾਂ ਬਾਹਰ ਬੁੱਢਾ ਉਹਨੇ ਮੈਂ ਤਾਂ ਕਿਹੜੇ ਬਾਹਰ ਡਾਉਣੇ ਆ ਗਈ ਮੈਂ ਪੈਸੇ ਲੈ ਕੇ ਚੱਲ ਚੰਗਾ ਆ ਜਾ ਛੇਤੀ ਆ ਜਾ ਹਾਂ ਹਾਂ ਚੱਲ ਆ ਗਈ ਬਸ ਮੈਂ ਆ ਲੈ ਆ ਤਾਂ ਸਾਡੇ ਮਨ ਦੀ ਹੋ ਗਈ ਹੋਰ ਮੈਨੂੰ ਕੀ ਚਾਹੀਦਾ ਜਾ ਆਉਣੀ ਆ ਬਾਬੇ ਕੋਲੇ ਚੱਲ 4-5 ਹਜ਼ਾਰ ਲੈ ਜਾਂਦੀ ਆ ਬਾਹਲੇ ਪੈਸੇ ਕੀ ਕਰੂੰਗੀ ਉੱਥੇ ਗੈਰੀ ਹਾਂ ਚੱਲੀ ਬੁੱਤ ਆਪਣੇ ਬਾਬਾ ਬਹੁਤ ਕਰਨੀ ਵਾਲਾ ਆਇਆ ਯਾਰ ਡੇਰੇ ਚ ਆਹ ਡੇਰੇ ਚ
ਕਹਿੰਦੇ ਪੈਸੇ ਬਹੁਤ ਨਾਲੇ ਛੱਟਾ ਦਿੰਦਾ ਨਾਲੇ ਪੈਸੇ ਦੁੱਗਣੇ ਕਰਦਾ ਫੇਰ ਕਿਵੇਂ ਕਰਨਾ ਚੱਲੇ ਮੈਂ ਤਾਂ ਹੀ ਤੇਰੇ ਕੋਲ ਆਇਆ ਮੈਂ ਦੇਖਿਆ ਦੋ ਹੱਥ ਫਿਰ ਚੱਲ ਫਿਰ ਚੱਲ ਫਿਰ ਚੱਲ बाबा जो कहंदा हो जांदा बच्चा ठीक है बाबा लॉकडाउन दा करके आ गई तंगी हुण तुसी देखो पता लग गया बच्चा मैनू ठीक है तुसी लंबर लैण आए हो ਬਾਬੇ ਕੋਲੇ ਕਿੱਥੇ ਆ ਨੰਬਰ ਸਭ ਕੁਛ ਆ ਜੀ ਤੁਹਾਡੇ ਕੋਲੇ ਅਸੀਂ ਤਾਂ ਤੁਹਾਡੀ ਇੰਨੀ ਚਰਚਾ ਸੁਣੀ ਹੈ ਜੀ ਹਾਂ ਉਹ ਕਬੂਤਰ ਉੱਡਦੇ ਜਾਂਦੇ ਤੋ ਠੀਕ ਹੈ ਜੀ ਸਮਝ ਗਏ ਬੱਚਾ ਠੀਕ ਹੈ ਹਾਂ ਸਮਝ ਗਏ ਬਾਬੇ ਕੋਲੇ ਕਿੱਥੇ ਛੱਟੇ ਹੁੰਦੇ ਆ ਤੁਸੀਂ ਉਹ ਮੂੰਹ ਚੱਕ ਕੇ ਟੁਰੇ ਆਏ ਹੋ ਨਹੀਂ ਨਹੀਂ ਜੀ ਠੀਕ ਹੈ ਤੇ ਹੁਣ ਆਪਾਂ ਨੂੰ ਬਣਾਉਣਾ ਪਊ ਆਪਾਂ ਨੂੰ ਆਪ ਨੂੰ ਤਾਂ ਪਤਾ ਨਹੀਂ ਰਿਹਾ ਅੱਛਾ ਚੱਲ ਦੇਖਦੇ ਹਾਂ ਫਿਰ ਕਰਦੇ ਹਾਂ ਕੋਈ ਹੱਲ ਚੱਲ ਗਏ ਫਿਰ ਚੱਲ बाबा कुछ नहीं दुख बस तेन पता ही है घरे बरकत नहीं हुंदी अपने मेनू लगता तेरा घर आला दारू पींदा बच्चा हां जी बाबा जी पींदा लड़दा भी होगा कदों दारू पी के आया करू तेरे घर आला हां जी ਉਦੋਂ ਤੂੰ ਲੜਨਾ ਨਹੀਂ ਬੱਚਾ ਠੀਕ ਹੈ ਬਾਬਾ ਜੀ ਪਾਣੀ ਮੰਗਿਆ ਕਰੂ ਪਾਣੀ ਦੇਣਾ ਤੇ ਰੋਟੀ ਮੰਗਿਆ ਕਰੂ ਰੋਟੀ ਦੇਣਾ ਠੀਕ ਹੈ ਬਾਬਾ ਜੀ ਲੜਨਾ ਨਹੀਂ ਸ਼ਾਮ ਨੂੰ ਠੀਕ ਹੈ ਬਾਬਾ ਸਵੇਰੇ ਘੋਟਣਾ ਚੱਕ ਲਿਆ ਕਰ ਗਿੱਟਿਆਂ ਗਿੱਟੇ ਕੁੱਟਿਆ ਕਰ ਬਾਬਾ ਕੁੱਟਦੀ ਤਾਂ ਵਾਧੂ ਆ ਸੁਧਰਦਾ ਨਹੀਂ ਕੋਈ ਨਾ ਬੱਚਾ ਸ਼ਾਮ ਨੂੰ ਨਾ ਲੜਿਆ ਕਰ ਬਾਬਾ ਜੋ ਕਹਿੰਦਾ ਹੋ ਜਾਂਦਾ ਠੀਕ ਹੈ ਬਾਬਾ ਜੀ ਇਹ ਗੱਲ ਧਿਆਨ ਨਾਲ ਸੁਣ ਲਈ ਬੱਚਾ ਠੀਕ ਹੈ ਬਾਬਾ ਜੀ ਇੱਥੇ ਮੁੜ ਕੇ ਨਹੀਂ ਲੜੂਗਾ ਤੇਰੇ ਨਾਲ ਠੀਕ ਹੈ ਬਾਬਾ ਜੀ ਠੀਕ ਹੈ ਬੱਚਾ ਧੰਨੋ ਬਾਬਾ ਜੀ ਤੁਸੀਂ ਤਾਂ ਬਾਹਲੀ ਕਰਨੀ ਵਾਲਿਓ ਮੈਨੂੰ ਤਾਂ ਇਹਨੇ ਵੀ ਦੱਸਿਆ ਸੀ ਗਵਾਂਢਣ ਨੇ ਕਹਿੰਦੀ ਚੱਲ ਜਾ ਆਉਣੇ ਮੈਂ ਕਿਹਾ ਜਾ ਆਉਣੇ ਬਾਬਾ ਜੀ ਸਾਡੇ ਤਾਂ ਪਰਮਾਤਮਾ ਦੇ ਦਿੱਤਾ ਸਾਰਾ ਕੁਛ ਹੈ ਬਾਬਾ ਜੀ ਸੁਖਣਾ ਰੰਗ ਲੱਗੇ ਪਏ ਬੱਚਾ ਤੁਹਾਡੇ ਹਾਂ ਬਾਬਾ ਜੀ ਜ਼ਮੀਨ ਵੀ ਘਰ ਵਾਲਾ ਬਾਹਰਲੇ ਦੇਸ਼ ਵੀ ਗਿਆ ਬੱਚਾ ਲੱਗਦਾ ਹਾਂ ਬਾਬਾ ਜੀ ਗਿਆ ਵਾ ਉਹ ਤਾਂ ਬਹੁਤ ਗੱਫੇ ਆਉਂਦੇ ਆ ਬਾਹਰਲੇ ਦੇਸ਼ੇ ਤੁਹਾਨੂੰ ਕਰੇ ਬਸ ਤੁਹਾਡੇ ਵਰਗੇ ਬਾਬਿਆਂ ਦੀ ਮਿਹਰਬਾਨੀ ਆ ਬਾਬਾ ਜੀ ਠੀਕ ਹੈ ਬੱਚਾ ਮੈਂ ਤਾਂ ਐਂ ਕਹਿੰਦੀ ਸੀ ਬਾਬਾ ਜੀ ਸਾਡੇ ਕੋਲ ਨਾ ਅਸੀਂ ਪਲਾਟ ਲੈਤਾ ਤੇ ਅਸੀਂ ਵੱਡੀ ਸਾਰੀ ਕੋਠੀ ਪਾਉਣੀ ਆ ਹੁਣ ਠੀਕ ਹੈ ਬੱਚਾ ਪੈ ਜੂ ਕੋਠੀ ਵੀ ਪੈ ਜੂਗੀ ਤੇ ਬਾਬਾ ਜੀ ਤੁਸੀਂ ਜੇ ਸਾਡੇ ਘਰੇ ਚਰਨ ਪਾ ਦਿਓ ਇੱਕ ਵਾਰੀ ਪਲਾਟ 'ਚ ਬੱਚਾ ਅਸੀਂ ਕਿਸੇ ਦੇ ਘਰੇ ਨਹੀਂ ਜਾਂਦੇ ਬੱਚਾ ਬਾਬਾ ਜੀ ਅਸੀਂ ਤਾਂ ਹੀ ਚਾਹੁੰਦੇ ਸੀਗੇ ਵੀ ਨਾਲੇ ਸਾਡੇ ਕੋਲ ਜਿਹੜੇ 20-25 ਕਿੱਲੇ ਜ਼ਮੀਨ ਦੇ ਆ ਉਹ ਅਸੀਂ ਕਿਸੇ ਵਧੀਆ ਡੇਰੇ ਨੂੰ ਦੇਣੇ ਸੀਗੇ ਤੇ ਤੁਹਾਡੇ ਤੋਂ ਵੱਧ ਕਰਨੇ ਵਾਲਾ ਹੋਰ ਕੌਣ ਹੋਊਗਾ ਬਾਬਾ ਜੀ ਤੁਸੀਂ ਜ਼ਰੂਰ ਆਓ ਸਾਡੇ ਪਲਾਟ 'ਚ ਇੱਕ ਵਾਰੀ ਪੈਰ ਪਾ ਕੇ ਆਓ ਜ਼ਰੂਰ ਤੇ ਨਿਗਾਹ ਮਾਰੋ ਚਾਰੇ ਪਾਸੇ ਜਿਹੜੀ ਅਸੀਂ ਕੋਠੀ ਸ਼ੁਰੂ ਕਰ ਲਈਏ ਠੀਕ ਆ ਬੱਚਾ ਅਸੀਂ ਵੀ ਚੇਲੇ ਨਾਲ ਗੱਲ ਕਰਕੇ ਦੱਸ ਦੂੰਗਾ ਬੱਚਾ ਠੀਕ ਆ ਬਾਬਾ ਜੀ ਤੁਸੀਂ ਅਗਲੇ ਹਫ਼ਤੇ ਆ ਜਿਓ ਫਿਰ ਅਸੀਂ ਤੁਹਾਨੂੰ ਦੱਸਾਂਗੇ ਰਾਇ ਕਰਕੇ ਬੱਚਾ ਠੀਕ ਆ ਬਾਬਾ ਜੀ ਜ਼ਰੂਰ ਆ ਜਾਵਾਂਗੇ ਤੁਸੀਂ ਬੜਾ ਕਰਦੇ ਆ ਤੁਸੀਂ ਤੁਹਾਡੇ ਘਰੇ ਆ ਜਾਵਾਂਗੇ ਬੱਚਾ ਠੀਕ ਆ ਬਾਬਾ ਜੀ ਜ਼ਰੂਰ ਕੋਈ ਨਾ ਟੈਨਸ਼ਨ ਨਾ ਲਓ ਬੱਚਾ ਧੰਨ ਬਾਬਾ ਜੀ ਧੰਨ ਜੀ ਧੰਨ ਅਸੀਂ ਕੌਣ ਆ ਧੰਨ ਉਹ ਆ ਬਾਬਾ ਠੀਕ ਹੈ ਬਾਬਾ ਜੀ ਚਲ ਬਾਬਾ ਜੀ ਫਿਰ ਹਫ਼ਤਾ ਤਾਂ ਬਾਹਲਾ ਹੋ ਗਿਆ ਮੈਂ ਤਾਂ ਕਹਿੰਦੀ ਅਸੀਂ ਪਰਸੋਂ ਹੀ ਗੇੜਾ ਮਾਰਾਂਗੇ ਫਿਰ ਦੁਬਾਰੇ ਠੀਕ ਹੈ ਬੱਚਾ ਪਰਸੋਂ ਆ ਜਿਓ ਜੇ ਅਸੀਂ ਫ੍ਰੀ ਹੋ ਗਏ ਡੇਰੇ 'ਚੋਂ ਸੰਗਤ ਨਾ ਹੋਈ ਫਿਰ ਤੁਹਾਡੇ ਘਰੇ ਆ ਜਾਵਾਂਗੇ ਜ਼ਰੂਰ ਆਵਾਂਗੇ ਬੱਚਾ ਠੀਕ ਹੈ ਬਾਬਾ ਜੀ ਦਿਓ ਆ ਗਿਆ ਫਿਰ ਅਸੀਂ ਤਾਂ ਜਾਂਦੇ ਹਾਂ ਦੇ ਬੱਚਾ ਪ੍ਰਸ਼ਾਦ ਦੇ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਾ ਜੈ ਬਾਬਾ ਧੱਕਾ ਸ਼ਾਹ ਦੀ ਲੈ ਬੱਚਾ ਆਪਾਂ ਲੰਗਰ ਪਾਣੀ ਕਰ ਲਿਆ ਤੇ ਪੇਟ ਪੂਜਾ ਹੋ ਗਈ ਲੈ ਤੈਨੂੰ ਰਾਇ ਕਰਦੇ ਆ ਆਪਾਂ ਦੋਨੇ ਚੇਲਿਆ ਗੁਰੂ ਚੇਲਾ ਲੈ ਬੱਚਾ ਆਪਾਂ ਉਹ ਬੀਬੀ ਆਈ ਸੀ ਜਿਹੜੀ ਹਾਂਜੀ ਹਾਂਜੀ ਆਪਾਂ ਉਹਨਾਂ ਦੇ ਘਰੇ ਵੀ ਜਾ ਕੇ ਆਉਣਾ ਹਾਂ ਹਾਂਜੀ ਹਾਂਜੀ ਜਾਣਾ ਸੀ ਆਪਾਂ ਇੱਕ ਗੱਲ ਹੋਰ ਵੀ ਤੂੰ ਨੋਟ ਕੀਤੀ ਗੱਲ ਹਾਂਜੀ ਉਹ ਆਪਾਂ ਦੇ ਨਾਮ ਜ਼ਮੀਨ ਲਵਾਉਣੀ ਆ ਤੇ ਕੋਈ ਗਲਤੀ ਨਾ ਕਰਦੀ ਬੱਚਾ ਹਾਂਜੀ ਤੇ ਤੈਨੂੰ ਪਤਾ ਲੱਗ ਗਿਆ ਗੱਲ ਮੈਂ ਪੈਸੇ ਕਿਉਂ ਮੰਗਦਾ ਸੀ ਹਾਂਜੀ ਹਾਂਜੀ ਜੇ ਇਹਨਾਂ ਲੋਕਾਂ ਨੂੰ ਪੈਸੇ ਦੇਵਾਂਗੇ ਲਾਲਚ ਹੋਊਗਾ ਫੇਰ ਹੀ ਆ ਫੇਰ ਹੀ ਲੋਕ ਕਹਿਣਗੇ ਮਹਿਮਾ ਵਾਲਾ ਬਾਬਾ ਫੇਰ ਹੀ ਜ਼ਮੀਨ ਲਵਾਉਣਗੇ ਫੇਰ ਹੀ ਚੜਾਵੇ ਚੜਨਗੇ ਇੱਥੇ ਬਹੁਤ ਦੁਨੀਆ ਪਈ ਹੈ ਤੀਂਗ ਤੋਂ ਤੀਂਗ ਪਈ ਹੈ ਤੂੰ ਦੇਖੀ ਹੁਣ 20 ਦੇ 20 ਕਿੱਲੇ ਤੂੰ ਨਾਮ ਦੇਖੀ ਲਵਾਉਂਦਾ ਮੈਂ ਉਹਦੇ ਤੂੰ ਦੇਖੀ ਜਾਈ ਚੱਲ ਫਿਰ ਬੀਬਾ ਆ ਗਈ ਕਦੋਂ ਤੇ ਆਪਾਂ ਫਿਰ ਚੱਲਾਂਗੇ ਤੇ ਫਿਰ ਹੋਏ ਤਿਆਰ ਫਿਰ ਆਪਾਂ ਚੱਲਦੇ ਆਪਦੀ ਸਮਾਧ ਚੱਲ ਬੀਬਾ ਉਹ ਆ ਹੀ ਰਹੀ ਹੈ ਬੀਬਾ
ਆ ਹੀ ਜਾਂਦੇ ਲੱਗਦਾ ਤੂੰ ਵਿੱਚ ਚੱਲ ਤੂੰ ਚੱਲ ਫਿਰ ਚਲੀ ਮੈਂ ਜਾਣਾ ਫਿਰ ਚਾਹ ਫਿਰ ਬੀਬਾ ਉਹਨੂੰ ਕਹੇ ਬਾਬੇ ਉੱਥੇ ਬੈਠੇ ਸੰਬੰਧਿਤ ਉੱਥੇ ਜਾ ਕਿਉਂ ਬੱਚਾ ਪਿਆ ਫਰਕ ਤੁਹਾਡੇ ਘਰੇ ਹਾਂ ਬਾਬਾ ਮੈਂ ਹੀ ਬੋਲਣੋਂ ਹਟ ਗਈ ਕਲੇਸ਼ ਤਾਂ ਘਟ ਗਿਆ ਹੁਣ ਕੋਈ ਨਾ ਤੈਨੂੰ ਮੈਂ ਕਿਹਾ ਸੀ ਬੱਚਾ ਬੋਲਿਆ ਕਦੋਂ ਦਾਰੂ ਪੀ ਕੇ ਆਇਆ ਗੁਰੂ ਕਦੋਂ ਨਹੀਂ ਬੋਲਣਾ ਦਾਰੂ ਤਾਂ ਉਨੀ ਹੀ ਪੀਂਦਾ ਬਾਬਾ ਕੋਈ ਗੱਲ ਨਹੀਂ ਬੱਚਾ ਕਦੋਂ ਕਲੇਸ਼ ਨਿਕਲ ਗਿਆ ਘਰੋਂ ਦਾਰੂ ਪੀਣੋਂ ਵੀ ਹਟ ਜੂਗਾ ਬੱਚਾ ਕੋਈ ਨਾ ਟੈਨਸ਼ਨ ਨਾ ਲਓ ਸਵਾ ਮਹੀਨੇ 'ਚ ਹੋ ਜੂ ਕੰਮ ਦਾਰੂ ਛੱਡ ਜੂਗਾ ਪੀਣੋਂ ਕਲੇਸ਼ ਨਿਕਲ ਗਿਆ ਨਾ ਬਸ ਠੀਕ ਹੈ ਬੱਚਾ ਚਲੋ ਬੱਚਾ ਫਿਰ ਆਉਣੇ ਅਸੀਂ ਚੇਲਾ ਠੀਕ ਹੈ ਬਾਬਾ ਜੀ ਆ ਜਾਓ ਠੀਕ ਹੈ ਬੱਚਾ ਚਲੋ ਚਲੋ ਆ ਗਏ ਹਾਂ ਚੱਪਲਾਂ ਪਾ ਲਿਆ ਬਹੁਤ ਵਧੀਆ ਥਾਂ ਪਾ ਲਿਓ ਬਈ ਠੀਕ ਹੈ ਬਾਬਾ ਬਹੁਤ ਸ਼ੁੱਧ ਥਾਂ ਹੈ ਤੁਹਾਡੇ ਵਾਸਤੇ ਠੀਕ ਹੈ ਬਾਬਾ ਜੀ ਹੁਣ ਤਾਂ ਜਿਹੜੀ ਨਾਲ ਨਾਲ ਜ਼ਮੀਨ ਲੱਗਦੀ ਹੈ ਨਾ ਪਲੱਟ ਦੇ ਵੀ ਸਾਡੀ ਆ ਮੇਰੇ ਘਰ ਵਾਲੇ ਨਾ ਅਗਲੇ ਮਹੀਨੇ ਨੂੰ ਪਾਉਣਗੇ ਸਾਨੂੰ ਪੈਸੇ ਸਾਨੂੰ ਤੁਸੀਂ 13 ਪੈਸੇ ਦੇ ਦੋ ਤਾਂ ਅਸੀਂ ਵਿਆਜ ਵੀ ਨਾਲ ਹੀ ਦੇ ਦਾਂਗੇ ਸਾਨੂੰ ਆਇਆ ਜ਼ਮੀਨ ਹੋਰ ਬਣ ਜੂਗੀ ਚੱਲ ਕਿੱਲਾ ਕਾਹਨੂੰ ਹੱਥੋਂ ਭਜਾਉਣਾ ਨਾਲੇ ਨਾਲ ਹੀ ਲੱਗਦੀ ਆ ਹਾਂ ਹਾਂ ਚਲੋ ਕੋਈ ਨਾ ਭਾਜੀ ਫਿਰ ਕਰਾਂਗੇ ਕੋਈ ਤਾਂ ਇੰਤਜ਼ਾਮ ਕਰਾਂਗੇ ਠੀਕ ਹੈ ਜੀ ਕੀ ਗੱਲ ਹੋ ਗਈ ਬੱਚਾ ਬਾਬਾ ਜੀ ਗੱਲ ਤਾਂ ਨਾ ਬਸ ਪੁੱਛੋ ਹੀ ਨਾ ਕੀ ਹੋ ਗਈ ਸਾਨੂੰ ਜ਼ਮੀਨ ਬਣਦੀ ਸੀ ਕਿੱਲਾ ਕੁ ਹੋਰ ਤੇ ਉਹ ਮੇਰੇ ਘਰ ਵਾਲੇ ਨੇ ਪੈਸੇ ਹਜੇ ਅਗਲੇ ਮਹੀਨੇ ਪਾਉਣੇ ਆ ਸਾਨੂੰ 20 ਲੱਖ ਦੀ ਲੋੜ ਸੀ ਮੈਂ ਆਖਿਆ ਚੱਲ ਕਿਸੇ ਤੋਂ ਵਿਆਜ ਵੂਜ ਤੇ ਪੁੱਛ ਲਾਂਗੇ ਵਿਆਜ ਹੀ ਦੇਣਾ ਜਦੋਂ ਅਸੀਂ ਤਾਂ ਬੱਚਾ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਟੈਨਸ਼ਨ ਨਾ ਲਾ ਬੱਚਾ ਸਾਡੇ ਹੁੰਦੇ ਅਸੀਂ ਦੇ ਦਿੰਦੇ ਆ 20 ਲੱਖ ਤੁਸੀਂ ਵਿਆਜ ਹੀ ਦੇਣਾ ਨਾ ਵਿਆਜ ਸਾਨੂੰ ਦੇ ਦਿਆ ਕਰੋ ਬੱਚਾ ਨਹੀਂ ਬਾਬਾ ਜੀ ਸੋਥੋਂ ਨਹੀਂ ਲੈਂਦੇ ਪੈਸੇ ਅਸੀਂ ਉਹ ਫੇਰ ਕੀ ਕਰ ਬੱਚਾ ਛੋਟੇ ਪੈਸੇ ਹੀ ਆ ਇਹ ਚੱਲ ਬਾਬਾ ਜੀ ਜਿਵੇਂ ਤੁਹਾਡੀ ਸਰਦਾ ਫਿਰ ਕੋਈ ਗੱਲ ਨਹੀਂ ਬੱਚਾ ਲੈ ਬੱਚਾ ਦੇਖ ਕਿੰਨੇ ਕੁ ਪੈਸੇ ਆਪਾਂ ਕੋਲੇ ਕੋਈ ਗੱਲ ਨਹੀਂ ਬੱਚਾ ਟੈਨਸ਼ਨ ਨਾ ਲਿਓ ਬਸ ਉਹ ਵਿਆਹ ਸਾਨੂੰ ਸਮੇਤ ਭੇਜ ਦਿਆ ਕਰੋ ਡੇਰੇ ਤੇ ਠੀਕ ਆ ਬਾਬਾ ਜੀ 7 ਵਜੇ ਤੁਸੀਂ ਸਾਡੇ ਨਾਲ ਹੀ ਲਵਾਉਣੀ ਹੈ ਛੋਟੀ ਜ਼ਮੀਨ ਸਾਡੀ ਜ਼ਮੀਨ ਇੱਕੋ ਹੀ ਗੱਲਬਾਤ ਹੈ ਡੇਰੇ ਦੇ ਪੈਸੇ ਛੋਟੇ ਪੈਸੇ ਕਦੋਂ ਮਰਜ਼ੀ ਆਇਆ ਛੋਟਾ ਡੇਰਾ ਹੈ ਠੀਕ ਆ ਬਾਬਾ 5 ਲੱਖ ਰੁਪਏ ਹੈਗਾ ਬਾਬਾ ਜੀ ਕੋਈ ਨਾ ਬੱਚਾ ਦੇ 5 ਲੱਖ ਦੂਜੇ ਆਪਾਂ ਫਿਰ ਚੈੱਕ ਦੇ ਦੇ ਇਹਦੇ ਠੀਕ ਆ ਬਾਬਾ ਜੀ ਧੰਨਵਾਦ ਬਾਬਾ ਜੀ ਤੁਸੀਂ ਤਾਂ ਨਹੀਂ ਨਹੀਂ ਬੱਚਾ ਤੁਹਾਡੀ ਕਿਰਪਾ ਹੈ ਤੁਹਾਡੀ ਕਿਰਪਾ ਨਾਲ ਹੀ ਡੇਰਾ ਸਾਡਾ ਚੱਲਦਾ ਠੀਕ ਹੈ ਤੁਸੀਂ ਕਿਹੜਾ ਅਸੀਂ ਕਿਹੜਾ ਪੈਸੇ ਨਾਲ ਲੈ ਜਾਣੇ ਤੁਹਾਡੇ ਸੰਗ ਦੇ ਪੈਸੇ ਤੁਹਾਡੇ ਕੋਲ ਹੀ ਆ ਠੀਕ ਹੈ ਬਾਬਾ ਜੀ ਹੋਰ ਬਾਬਾ ਜੀ ਮੈਂ ਕਰਦੀ ਆ ਫਿਰ ਰੋਟੀ ਪਾਣੀ ਦਾ ਇੰਤਜ਼ਾਮ ਚੱਲ ਕਰੋ ਇੰਤਜ਼ਾਮ ਬੈਠੋ ਤੁਸੀਂ ਆਰਾਮ ਕਰੋ ਇਹਨੂੰ ਉਹ ਬੱਚਾ ਤੈਨੂੰ ਪਤਾ ਨਹੀਂ ਵਿੱਚ ਦੀ ਗੱਲ ਦਾ ਇੱਕ ਕਿੱਲਾ ਪਾਉਂਦਾ ਹੀ ਬੰਦਾ ਹੈ 40 ਲੱਖ ਦਾ ਕਿੱਲਾ 20 ਲੱਖ ਆਪਾਂ ਅੱਧੇ ਕਿੱਲੇ ਦੇ ਉੱਤੇ ਆ ਤੇ ਨਾਲ ਦੂਜਾ ਕਿੱਲਾ ਨਾਲ ਹੀ ਹੈ 10-20 ਕਰ ਤੈਨੂੰ ਪਤਾ ਨਹੀਂ ਵਿਚਲੀ ਗੱਲ ਜ਼ਮੀਨ ਤੇ ਆਪਾਂ ਦੇ ਨਾਮ ਲਵਾਉਣੀ ਹੈ ਸਮਝ ਗਿਆ ਨਾ ਗੱਲ ਬਾਬਾ ਜੀ ਸਮਝ ਗਿਆ ਹੁਣ ਸਮਝ ਚੱਲ ਫਿਰ ਆਪਾਂ ਰੋਟੀ ਪਾਣੀ ਤੇ ਆਪਾਂ ਚੱਲ ਰੋਟੀ ਪਾਣੀ ਖਾ ਕੇ ਚੱਲਦੇ ਆ ਫਿਰ ਆਪਾਂ ਠੀਕ ਆ ਸਮਝਿਆ ਕਰ ਤੂੰ ਬੱਚਾ ਏ ਤੂੰ ਗੁਣ ਲੈ ਲਾ ਬਾਬਿਆਂ ਤੋਂ ਠੀਕ ਆ ਆਪਾਂ ਦੇ ਡੇਰੇ ਦੇ ਨਾਮ ਜ਼ਮੀਨ ਲਵਾ ਦੇਣੀ ਇਹਨਾਂ ਨੇ ਆਪਾਂ ਲੈਣੇ ਨਜ਼ਾਰੇ ਠੀਕ ਆ ਨਹੀਂ ਬਾਹਰਲੇ ਦੇਸੋਂ ਆਉਂਦੇ ਡਾਲਰ ਇਹਨਾਂ ਦੇ ਕੋਲ ਪੈਸਾ ਆਏਗਾ ਵਾਧੂ ਇਹੋ ਜਿਹੀਆਂ ਮੁਰਗੀਆਂ ਮਸਾਂ ਫਸਾਈ ਦੀਆਂ ਇਹਨਾਂ ਨੂੰ ਪਹਿਲਾਂ ਚੋਗਾ ਪਾਉਣਾ ਪੈਂਦਾ ਠੀਕ ਹੈ ਫੇਰ ਹੀ ਜਾਲ 'ਚ ਫਸਦੀਆਂ ਇਹ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਆ ਬੱਚਾ ਇਹ ਆਪਾਂ ਦਾ 20 ਲੱਖ ਜਾਂਦਾ ਤੇ ਅਰਬਾਂ ਖਰਬਾਂ ਦੀ ਜ਼ਮੀਨ ਆਉਂਦੀ ਹੈ ਬੱਚਾ ਠੀਕ ਹੈ ਚੱਲ ਫਿਰ ਆਪਾਂ ਠੀਕ ਹੈ ਰੋਟੀ ਪਾਣੀ ਚੱਲ ਠੀਕ ਲੈ ਬੱਚਾ ਲੰਗਰ ਪਾਣੀ ਤਾਂ ਖਾ ਲਿਆ ਸੀ ਤੇ ਭਾਂਡੇ ਬਰਤਨ ਲੈ ਜਾਓ ਬੱਚਾ ਜਿਉਂਦੇ ਰਹੋ ਬੱਚਾ ਜਿਉਂਦੇ ਰਹੋ ਘਾਗ ਲੱਗੇ ਰਹਿਣ ਤੁਹਾਡੇ ਘਰ ਨੂੰ ਗੱਫੇ ਦੇ ਗੱਫੇ ਮਾਇਆ ਆਉਂਦੀ ਇਹ ਬੱਚਾ ਤੁਹਾਡੇ ਚੰਗਾ ਬੱਚਾ ਫਿਰ ਅਸੀਂ ਚੱਲਦੇ ਹਾਂ ਡੇਰਾ ਸੁਣਨਾ ਚੱਲ ਬੱਚਾ ਚੱਲ ਵਧੀਆ ਜ਼ਮੀਨ ਦਾ ਕਿੱਲਾ ਹੋ ਜਾਊਗਾ ਹਾਂ ਭੈਣੇ ਘਰੇ ਆ
ਕਿਵੇਂ ਬਲਾ ਪੈਸੇ ਜੇ ਗਿਣੀ ਜਾਂਦੀ ਸੀ ਪੈਸੇ ਜੇ ਤਾਂ ਭੈਣੇ ਮੈਂ ਨਾ ਉਹ ਅਸੀਂ ਕਿੱਲਾ ਕੁ ਜ਼ਮੀਨ ਦਾ ਹੋਰ ਨਾਲ ਰਲਦਾ ਗਾ ਅਤੇ ਅਸੀਂ ਬਾਬੇ ਨਾਲ ਗੱਲ ਕਰ ਲਈ ਮੈਂ ਇੱਥੇ ਬੈਠੀ ਬੈਠੀ ਨੇ ਬਾਬਾ ਕਹਿੰਦਾ 5 ਲੱਖ ਰੁਪਈਆ ਮੇਰੇ ਕੋਲ ਹੈਗਾ ਭਾਈ ਤੂੰ ਲੈ ਲਾ ਕਹਿੰਦਾ ਵਿਆਜ 'ਤੇ ਅਸੀਂ ਤਾਂ ਵਿਆਜ ਹੀ ਦੇਣਾ ਬਾਬੇ ਨੂੰ ਦੇ ਦਾਂਗੇ ਲੈ ਤੂੰ ਤਾਂ ਬਾਬੇ ਨੂੰ ਠੱਗ ਲਿਆ ਕੁੜੇ ਨਹੀਂ ਨਾ ਭੈਣੇ ਮੈਂ ਬਾਬੇ ਨੂੰ ਕਿਉਂ ਠੱਗ ਲਿਆ ਅਸੀਂ ਤਾਂ ਸਣੇ ਵਿਆਜ ਪੈਸੇ ਮੋੜਾਂਗੇ ਬਾਬੇ ਦੇ ਬਾਬਾ ਤਾਂ ਲੋਕਾਂ ਨੂੰ ਠੱਗਦਾ ਸੀ ਤੂੰ ਬਾਬੇ ਨੂੰ ਠੱਗ ਲਿਆ ਨਹੀਂ ਭੈਣੇ ਤੈਨੂੰ ਤਾਂ ਵਹਿਮ ਹੀ ਹੋ ਗਿਆ ਪੈਸੇ ਦੇਖ ਕੇ ਇਹ ਤਾਂ ਵਿਚਾਰੇ ਬਾਬੇ ਦੇ ਪੈਸੇ ਜਿਵੇਂ ਸਾਡੇ ਕੋਲ ਆਉਣਗੇ ਉਵੇਂ ਅਸੀਂ ਵਿਆਜ ਸਮੇਤ ਮੋੜ ਦਾਂਗੇ ਹੁਣ ਬਾਬਾ ਮਹੀਨੇ ਨੂੰ ਗੇੜਾ ਮਾਰੂ ਸਾਡੇ ਘਰ ਚੱਲ ਕੋਈ ਨਹੀਂ ਦੇਖ ਲਾਂਗੇ ਗਗਨ ਤੇਰਾ ਵੀ ਅਸੀਂ ਹਾਂ ਚੱਲ ਕੋਈ ਨਾ ਦੇਖ ਲਿਓ ਕਿਉਂਕਿ ਅਸੀਂ ਤਾਂ ਆਪ ਹੀ ਬਾਬੇ ਨੂੰ ਵਿਚਾਰੇ ਨੂੰ ਆਹ ਜਿਹੜੀ ਜ਼ਮੀਨ ਹੈਗੀ ਉਹਦੇ ਨਾਲ ਲਵਾਉਣੀ ਆ ਦੇਖ ਲਾਂਗੇ ਕੋਈ ਨਹੀਂ ਉਹ ਤਾਂ ਮਹੀਨੇ ਨੂੰ ਪਤਾ ਲੱਗ ਜੂ ਬਾਬਾ ਆਪ ਹੀ ਦੱਸ ਜੂ ਸਹੀ ਗੱਲ ਆ ਹੋਰ ਇਹ ਤਾਂ ਹੈ ਹੋਰ ਦੱਸ ਵਧੀਆ ਭੈਣੇ ਠੀਕ ਤੂੰ ਸੁਣਾ ਕਰੇ ਹਾਂ ਕੰਮ ਤਾਂ ਕਰਿਆ ਹੀ ਸੀ ਮੈਂ ਵੀ ਜਾਂਦੀ ਸੀਗੀ ਮੈਂ ਚੱਲ ਗਾਹਾਂ ਨੂੰ ਗੇੜਾ ਕੱਢ ਕੇ ਆਉਣੀ ਆ ਅੱਛਾ ਮੈਂ ਚੱਲ ਗਾਹਾਂ ਨੂੰ ਕੋਲੇ ਖੜ ਜਾ ਚੱਲ ਵਧੀਆ ਹੋਇਆ ਆ ਗਈ ਚੱਲ ਰੱਖ ਦੇ ਸਾਂਭ ਕੇ ਕੋਈ ਨਾ ਭੈਣੇ ਸਾਂਭ ਲੂੰ ਚੰਗਾ ਕਰੋੜਪਤੀ ਬਣਨ ਵਾਲੇ ਆ ਹੁਣ ਮੈਂ ਜਾਣਾ ਉਹਨਾਂ ਘਰੇ ਜਾਓ ਜੀ ਤੇ ਨਾਲੇ ਉਹਨਾਂ ਨੂੰ ਕੋਈ ਵਿਆਜ ਦਿਓ ਵੀ 100 ਦਿਨ ਆ ਗਿਆ ਤੇ ਜ਼ਮੀਨ ਸਾਡੇ ਨਾਮ ਲਵਾਓ ਤੇ ਅਸੀਂ ਪਾਉਣਾ ਸਕੂਲ ਬੱਚਿਆਂ ਵਾਸਤੇ ਤੇ ਫਿਰ ਹੁਣ ਮੈਂ ਜਾਣਾ ਤੂੰ ਰੱਖ ਡੇਰੇ ਦੀ ਨਿਗਾਹ ਠੀਕ ਆ ਫਿਰ ਆਪਾਂ ਟੈਂਟ ਥੋੜ੍ਹੀ ਆਪਾਂ ਚੱਕ ਕੇ ਭੱਜ ਲਾਂਗੇ ਅਤੇ ਗਾਹਕ ਗੂਹਕ ਲੱਭ ਕੇ ਰੱਖ ਠੀਕ ਹੈ ਜ਼ਮੀਨ ਦਾ ਸੌਦਾ ਸੁਦਾ ਕਰਕੇ ਵੇਚ ਕੇ ਆਪਾਂ ਦੂਜੇ ਨੂੰ ਭੱਜਾਂਗੇ 25% ਤੇਰਾ 75% ਮੇਰਾ ਹਿੱਸਾ ਠੀਕ ਹੈ ਚੰਗਾ ਮੈਂ ਘਰੇ ਜਾ ਮੈਂ ਗਾਹਕ ਭਾਲਣ ਜਾਂਦਾ ਹਾਂ ਤੂੰ ਗਾਹਕ ਭਾਲ ਠੀਕ ਨਾਲੇ ਚੰਨੀ ਤੂੰ ਵੀ ਧਿਆਨ ਨਾਲ ਸੁਣ ਲਾ ਬਾਬਾ ਆਊਗਾ ਬਾਬੇ ਦੇ ਨਾਂ ਨਾ ਜ਼ਮੀਨ ਲਵਾਉਣੀ ਆ ਠੀਕ ਹੈ ਤੇ ਕਾਗਜ਼ ਪੱਤਰ ਸਮਾਰ ਕੇ ਪੂਰੇ ਤਿਆਰ ਕਰਾਂਗਾ ਬਸ ਆਉਂਦਾ ਹੀ ਹੋਊਗਾ ਤੇ ਤੁਸੀਂ ਆਪਣਾ ਮੈਂ ਤੁਹਾਨੂੰ ਆਵਾਜ਼ ਮਾਰ ਲਊ ਉਹਦੀ ਬਾਈ ਬਣ ਕੇ ਆ ਜਾਇਓ ਪਰ ਤੇ ਭੈਣੇ ਤੂੰ ਇੱਥੇ ਬਹਿ ਜਾ ਮੈਂ ਇੱਥੇ ਬੈਠੀ ਹਾਂ ਠੀਕ ਆ ਇੱਧਰ ਲੋਟ ਹੋ ਕੇ ਬਹਿ ਜਾ ਬੱਚਾ ਘਰੇ ਹੋ ਘਰੇ ਆ ਬਾਬਾ ਲੰਘਿਆ ਆ ਜਾ ਇੱਧਰ ਹੀ ਆ ਜਾ ਬਹਿ ਜਾ ਐਤਕੀ ਲੇਟ ਹੋ ਗਏ ਤੁਸੀਂ ਉਹੀ ਬਾਬਾ ਬਸ ਪੈਸੇ ਜੇ ਨਹੀਂ ਬਣੇ ਸੀ ਕਿਸੇ ਪਾਸਿਓਂ ਮਾ ਚਲ ਬਾਬਾ ਆਪ ਹੀ ਆ ਜੂ ਨਾਲੇ ਚਾਹ ਪਾਣੀ ਪੀ ਜੂ ਕੋਈ ਸੇਵਾ ਕਰ ਲਾਂਗੇ ਤੇ ਆਪਾਂ ਜ਼ਮੀਨ ਕਿਹੜੀ ਤੁਸੀਂ ਲਵਾਉਂਦੇ ਨਾਮ ਤੇ ਅੱਜ ਦਾ ਦਿਨ ਤੇ ਕੱਲ ਦਾ ਦਿਨ ਸੁਭਾ ਨਿਕਲਿਆ ਅੱਛਾ ਬਾਬਾ ਤੇ ਫਿਰ ਜ਼ਮੀਨ ਲਵਾ ਦੋ ਨਾਮ ਬਡੇਰੇ ਦੇ ਹਾਂ ਬਾਬਾ ਤੂੰ ਕੀ ਗੱਲ ਕਰਦਾ ਅਸਤਾ ਇੱਥੋਂ ਵੀ ਕਾਲੇ ਅਸਤਾ ਤੇਰੇ ਕਾਗਜ਼ ਪੱਤਰ ਪੂਰੇ ਤਿਆਰ ਕਰੀ ਬੈਠੇ ਚਲ ਠੀਕ ਆ ਫਿਰ ਲਿਆਓ ਤੇ ਲਿਆਉਣੀ ਆ ਬਾਬਾ ਮੈਂ ਚੱਕ ਕੇ ਬੈਠ ਤੂੰ ਅਸੀਂ ਤਾਂ ਤੈਨੂੰ ਅੱਜ ਵਧੀਆ ਚਾਹ ਨਾਲ ਬਰਫੀ ਖਵਾ ਕੇ ਚਾਹ ਫੇਰ ਐਂ ਤੋਰਾਂਗੇ ਬੇ ਮੰਗੂ ਬਾਈ ਚੰਨੀ ਚੰਨੀ ਜੀ ਦਾ ਮੈਨੂੰ ਵੀ ਕਾਲੀ ਆ ਲੈ ਹਾਂ ਬਾਬਾ ਸਾਦੀ ਉਹ ਬਾਈ ਯਾਰ ਗਣ ਬੁਲਾ ਰੱਖਿਆ ਸੀ ਕਾਗਜ਼ ਪੱਤਰ ਵਾਸਤੇ ਬਾਈ ਚੰਨੀ ਮੰਗੂ ਬਾਈ ਆ ਲੈ ਕੇ ਆਇਓ ਬਾਬੇ ਦੇ ਕਾਗਜ਼ ਪੱਤਰ ਉਹ ਦੇ ਕੇ ਗਾ ਇਹਨੂੰ ਉਹ ਬਾਬਾ ਖਾਦਾ ਖਾਦਾ ਬੱਚਾ ਆ ਡਾਂ ਕਿਉਂ ਚੱਕੀ ਬੈਠੇ ਤੇ ਕਾਗਜ਼ ਪੱਤਰ ਨੋ 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 ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਤੇ ਅਸੀਂ ਹੁਣ ਉਹਨਾਂ ਵੀਰਾਂ ਦੇ ਨਾਮ ਬੋਲਾਂਗੇ ਜਿਨ੍ਹਾਂ ਨੇ ਸਾਨੂੰ ਕਮੈਂਟ ਕੀਤੇ ਸੀ ਚੰਨੀ ਵੀਰ ਦੱਸਣਗੇ ਸੁਖਵਿੰਦਰ ਮੀਤ ਜਗਸੀਰ ਸਿੰਘ ਟੋਨੀ ਮਿੱਤਲ ਟੋਨੀ ਫਿਲਮੀ ਸਿੱਧੂ ਮੂਸੇਵਾਲਾ ਬਈ ਚੈਨਲ ਦਾ ਨਾਮ ਆ ਬਈ ਅਤੇ ਵਿੱਕੀ ਸਰਦਾਰ ਚਰਨਜੀਤ ਗਿੱਲ ਇੰਦਰ ਵਾਲਿਆ ਗਗਨ ਦੀਪੂ ਮਹਿਰਾ ਸੁਖਦੀਪ ਕੌਰ ਹਰਿਆਣਾ ਅਤੇ ਬਿੰਦਰ ਸੁਖਦੇਵ ਸਿੰਘ ਕਰਨੈਲ ਜਗਜੀਵਨ ਗੁਰਦੀਪ ਢਿੱਲੋਂ ਪੰਜਾਬ
रमनदीप अमनदीप बलजीत ते इन्हां सारयां दा धन्नवाद जी। धन्नवाद।